ABC ਪੰਜਾਬ ਦੇ ਖਾਸ ਬੁਲੇਟਿਨ ਪੰਜਾਬ ਦੇ ਖਬਰਨਾਮਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗਰੇਮਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰ ਤੋਂ ਬਿਲ ਲਿਆਓ ਇਨਾਮ ਪਾਓ ਸਕੀਮ ਅਦੀਨ ਵੱਡੀ ਕਾਰਵਾਈ 533 ਗਲਤ ਬਿਲਾ ਦੇ ਲਈ 3 ਕਰੋੜ ਤੋਂ ਵੱਧ ਦਾ ਜੁਰਮਾਨਾ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੀ ਦਖਲ ਅੰਦਾਜ਼ੀ ਦੇ ਕਾਰਨ ਅੱਜ ਮਹਾਰਾਸ਼ਟਰ ਦੇ ਵਿੱਚ ਸਿੱਖਾਂ ਦੇ ਵੱਲੋਂ ਕੱਢਿਆ ਗਿਆ ਰੂਸ ਮਾਰਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਗੱਤਕਾ ਮੁਕਾਬਲੇ ਦੇ ਵਿੱਚ 골ਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮੰਦੀਪ ਕੌਰ ਨੂੰ ਦਿੱਤੀ ਗਈ ਵਧਾਈ ਭਾਰਤ ਸਰਕਾਰ ਦੇ ਭਾਰਤ ਦਰਸ਼ਨ ਸਟੱਡੀ ਟੂਰ ਪ੍ਰੋਗਰਾਮ ਤਹਿਤ ਕਸ਼ਮੀਰ ਕਾਟੀ ਦੇ 27 ਵਿਦਿਆਰਥੀਆਂ ਨੇ ਰਾਸ਼ਪਤ ਨਾਲ ਕੀਤੀ ਖਾਸ ਮੁਲਾਕਾਤ ਨਵਜੋਤ ਸਿੱਧੂ ਨੇ ਕੀਤੀ ਮਜੀਠੀਆ ਦੀ ਤਾਰੀਫ਼ ਰਫੀ ਦੇ ਉੱਤੇ ਵਿਦਿੱਤਾ ਸਪਸ਼ਟੀਕਰਨ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਤ ਯੋਜਨਾ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਅੱਜ ਇੱਥੇ ਦੱਸਿਆ ਬਿੱਲ ਲਿਆਓ ਇਨਾਮ ਪਾਓ ਸਕੀਮ ਦੇ ਅਧੀਨ 8 ਫਰਵਰੀ ਤੱਕ ਪ੍ਰਾਪਤ 533 ਗਲਤ ਬਿਲਾ ਦੇ ਲਈ ਕੁੱਲ 3 ਕਰੋੜ 11 ਲੱਖ 16366 ਰੁਪਏ ਦਾ ਜੁਰਮਾਨਾ ਲਗਾਏ ਗਏ ਹਨ ਇਸ ਦਾ ਵਿੱਚੋਂ 2 ਕਰੋੜ 12 ਲੱਖ 18 ਹਜ਼ਾਰ 191 ਰੁਪਏ ਵਸੂਲੇ ਕਰ ਲਏ ਗਏ ਨੇ ਉਹਨਾਂ ਕਿਹਾ ਹੈ ਕਿ ਇਸ ਸਕੀਮ ਦੇ ਅਧੀਨ ਦਸੰਬਰ 2023 ਦੇ ਅੰਤ ਤੱਕ ਮੇਰਾ ਬਿੱਲ ਐਪ ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ ਕੁੱਲ 918 ਜੇਤੂਆਂ ਨੇ 43 ਲੱਖ 77500 5 ਰੁਪਏ ਦੇ ਇਨਾਮ ਦਿੱਤੇ ਨੇ ਇੱਥੇ ਪ੍ਰੈਸ ਬਿਆਨ ਦੇ ਵਿੱਚ ਜਾਰੀ ਜਾਣਕਾਰੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਿੱਲ ਆਓ ਇਨਾਮ ਪਾਓ ਸਕੀਮ ਅਦੀਨ 8 ਫਰਵਰੀ ਤੱਕ ਪ੍ਰਾਪਤ કુલ 49616 ਬਿਲਾ ਦੇ ਵਿੱਚੋਂ 52988 ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 6628 ਬਿਲਾ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ ਉਹਨਾਂ ਕਿਹਾ ਹੈ ਇਸ ਬਾਰੇ ਸੰਬੰਧਿਤ ਵਿਕਰੇਤਾਵਾਂ ਨੂੰ 1361 ਨੋਟਿਸ ਵੀ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਹੈ ਕਿ ਟੈਕਸ ਸੈਸ਼ਨ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਬਤੋ ਵੱਧ ਗਲਤ ਬਿਲ 199 ਜਿਹੜੇ ਹੈ ਪ੍ਰਾਪਤ ਹੋਏ ਨੇ ਜਿਸ ਦੇ ਲਈ 34 ਲੱਖ 99250 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਵਿੱਤ ਮੰਤਰੀ ਨੇ ਅੱਗੇ ਦੱਸਿਆ ਹੈ ਕਿ ਟੈਕ ਸੈਸ਼ਨ ਜ਼ਿਲ੍ਹਾ ਫਿਰੋਜ਼ਫਰੀਦਕੋਟ ਤੋਂ ਪ੍ਰਾਪਤ 46 ਗਲਤ ਬਿਲਾ ਦੇ ਲਈ 1695290 ਰੁਪਏ ਜਿਹੜੇ ਨੇ ਪਟਿਆਲਾ ਤੋਂ ਪ੍ਰਾਪਤ 75 ਗਲਤ ਬਿਲਾ ਦੇ ਵਿੱਚ 1947192 ਰੁਪਏ ਜਲੰਧਰ ਤੋਂ ਪ੍ਰਾਪਤ 61 ਗਲਤ ਬਿਲਾ ਦੇ ਵਿੱਚ 3362324 ਰੁਪਏ ਰੋਪੜ ਤੋਂ ਜਿਹੜਾ 51 ਗਲਤ ਬਿੱਲਾ ਦੇ ਵਿੱਚ 50,43,524 ਰੁਪਏ ਅੰਮ੍ਰਿਤਸਰ ਤੋਂ ਪ੍ਰਾਪਤ 48 ਗਲਤ ਬਿੱਲਾ ਦੇ ਵਿੱਚ 49,42,910 ਰੁਪਏ ਤੇ ਲੁਧਿਆਣਾ ਤੋਂ 33 ਗਲਤ ਬਿੱਲਾ ਦੇ ਵਿੱਚ 95,95,882 ਰੁਪਏ ਦਾ ਜੁਰਮਾਨਾ ਲੱਗਿਆ ਉਹਨਾਂ ਨੇ ਦੱਸਿਆ ਕਿ ਆਨਲਾਈਨ ਜਿਹੜੇ ਡਰਾ ਰਾਹੀ ਹੁਣ ਤੱਕ ਕੁੱਲ 1164 ਜੇਤੂਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਇਸ ਵਿੱਚ ਜਨਰੀ ਦੇ ਵਿੱਚ 224 ਦੇ 240 ਜੇਤੂ ਸ਼ਾਮਿਲ ਨੇ ਉਹਨਾਂ ਦੱਸਿਆ ਹੈ ਇਸ ਸਕੀਮ ਦੇ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੱਲ ਵੱਲੋਂ ਗਠਿਤ ਕਮੇਟੀ ਦੁਆਰਾ ਹਰ ਮਹੀਨੇ ਆਨਲਾਈਨ ਡਰਾ ਕੱਢੇ ਜਾਂਦੀ ਨੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਸਤੰਬਰ 2023 ਦੇ ਵਿੱਚ 227 ਜੇਤੂਆਂ ਨੇ 11,75,005 ਰੁਪਏ ਦੇ ਇਨਾਮ ਜਿੱਤੇ ਨੇ ਅਕਤੂਬਰ 2023 ਦੇ ਵਿੱਚ 216 ਜੇਤੂਆਂ ਨੇ 10,25,540 ਰੁਪਏ ਦੇ ਇਨਾਮ ਜਿੱਤੇ ਨੇ ਨਵੰਬਰ 2023 ਦੇ ਵਿੱਚ 235 ਜੇਤੂਆਂ ਨੇ 10 ਲੱਖ 78930 ਰੁਪਏ ਦੇ ਇਨਾਮ ਜਿੱਤੇ ਨੇ ਦਸੰਬਰ 2023 ਦੇ ਵਿੱਚ 240 ਜੇਤੂਆਂ ਨੇ 10 ਲੱਖ 8480 ਰੁਪਏ ਦੇ ਇਨਾਮ ਜਿੱਤੇ ਨੇ ਉਹਨਾਂ ਦੱਸਿਆ ਹੈ ਕਿ 224 ਦੇ ਲਈ ਡਰਾ ਦੇ ਵਿੱਚ 7 ਫਰਵਰੀ ਨੂੰ ਕੱਢਿਆ ਗਿਆ ਹੈ ਅਤੇ ਜੇਤੂਆਂ ਦੇ ਵੱਲੋਂ ਆਪਣੇ ਬੈਂਕ ਖਾਤੇ ਆ ਦੇ ਵੇਰਵੇ ਮੁਹੱਈਆ ਕਰਵਾਉਣ ਤੋਂ ਬਾਅਦ ਇਨਾਮੀ ਰਾਸ਼ੀ ਦੇ ਦਿੱਤੀ ਜਾਵੇਗੀ ਜੀਮਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ 21 اگست 2023 نو ਮੇਰਾ ਬਿੱਲ ਐਪ ਲਾਂਚ ਕਰਨ ਤੋਂ ਬਾਅਦ ਇਸ ਸਕੀਮ ਨੂੰ ਸੂਬੇ ਦੇ ਲੋਕਾਂ ਦੇ ਵੱਲੋਂ ਪਰਮਾ ਹੰਗਾਰਾ ਮਿਲਿਆ ਹੈ ਉਹਨਾਂ ਕਿਹਾ ਹੈ ਕਿ ਸਕੀਮ ਦਾ ਉਦੇਸ਼ ਖਪਤਕਾਰਾਂ ਨੂੰ ਉਹਨਾਂ ਦੀਆਂ ਖਰੀਦਾ ਦੇ ਲਈ ਬਿੱਲ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰਨਾ ਅਤੇ ਇਸ ਤਰ੍ਹਾਂ ਵਿਕਰੇਤਾਵਾਂ ਨੂੰ ਉਹਨਾਂ ਦੀ ਵਿਕਰੀ ਦੇ ਲਈ ਬਿੱਲ ਜਾਰੀ ਕਰਨ ਦੇ ਲਈ ਖਾਸ ਪ੍ਰਬੰਧ ਕਰਨਾ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਪੈਟਰੋਲੀਅਮ ਪਦਾਰਥਾਂ ਸ਼ਰਾਬ ਦੀ ਵਿਕਰੀ ਬਿੱਲ ਅਤੇ ਪੰਜਾਬ ਤੋਂ ਬਾਹਰ ਖਰੀਦੇ ਜਾਣ ਵਾਲੇ ਬਿੱਲ ਇਸ ਵਿੱਚ ਸ਼ਾਮਿਲ ਨਹੀਂ ਕੀਤੇ ਜਾਣਗੇ ਉਹਨਾਂ ਕਿਹਾ ਹੈ ਕਿ ਸਿਰਫ ਬੀਤੇ 1 ਮਹੀਨੇ ਦੇ ਵਿੱਚ ਕੀਤੀ ਖਰੀਦ ਬਿਲਾ ਹੀ ਇਹਨਾਂ ਡਰਾ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਉਹਨਾਂ ਉਤੇ ਵਿਚਾਰ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੱਲੋਂ ਖਰੀਦੇ ਜਾ ਰਹੇ ਸਾਰੀਆਂ ਵਸਤਾਂ ਅਤੇ ਸੇਵਾਵਾਂ ਦੇ ਖਰੀਦ ਬਿੱਲ ਪ੍ਰਾਪਤ ਕਰਨ ਅਤੇ ਇਸ ਸਕੀਮ ਦੇ ਵਿੱਚ ਹਰ ਮਹੀਨੇ ਹਿੱਸਾ ਲਵੇ ਤਾਂ ਜੋ ਉਹ 10000 ਤੱਕ ਹਰ ਜਿਹੜਾ ਮਹੀਨੇ ਇਨਾਮ ਜਿਹੜਾ ਪ੍ਰਾਪਤ ਕਰ ਸਕਣ ਤੇ ਕਮਾਈ ਕਰ ਸਕਣ ਰੁਕ ਕਰਦੇ ਆ ਅਗਲੀ ਮੁਖ ਖਬਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਅੱਜ ਮਹਾਰਾਸ਼ਟਰ ਸਰਕਾਰ ਨੂੰ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪੁਨਰਗਠਨ ਦੇ ਲਈ ਫੈਸਲਾ ਵਾਪਸ ਲੈਣ ਦੇ ਲਈ ਮਜਬੂਰ ਕਰਨ ਵਾਸਤੇ ਸਿੱਖ ਸੰਗਤਾਂ ਦੇ ਵੱਲੋਂ ਇੱਥੇ ਕੱਢੇ ਵਿਸ਼ਾਲ ਰੋਸ ਮਾਰਚ ਦੇ ਵਿੱਚ ਸ਼ਾਮਿਲ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਦੇ ਨਾਲ ਸੀਨੀਅਰ ਜਿਹੜੇ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਅਤੇ ਅਜਮੀਰ ਸਿੰਘ ਖੇੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਕੇ ਤੇ ਸ਼ਾਮਿਲ ਸੀ। ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਨੰਦੇੜ ਸਿੱਖ ਗੁਰਦੁਆਰਾ ਸਚਕਣ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1948 ਦੇ ਵਿੱਚ ਸੋਧ ਤੋਂ ਬਾਅਦ ਉਪਜੇ ਮਸਲੇ ਬਾਰੇ ਵਿਸਥਾਰ ਦੇ ਵਿੱਚ ਵਟਾਂਦਰਾ ਕਰਨ ਦੀ ਗੱਲ ਕੀਤੀ ਐ ਐਡਵੋਕੇਟ ਧਾਮੀ ਨੇ ਤਖਤ ਦੇ ਜਥੇਦਾਰ ਨੂੰ ਇਸ ਸਿੱਖ ਵਿਰੋਧੀ ਫੈਸਲੇ ਨੂੰ ਵਾਪਸ ਕਰਵਾਉਣ ਦੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਡਟਵੀਂ ਹਮਾਇਤਾ ਭਰੋਸਾ ਦਿਵਾਇਆ ਹੈ ਤਖਤ ਮੈਨੇਜਮੈਂਟ ਐਕਟ ਦੇ ਵਿੱਚ ਸੋਧਾ ਸੋਧਾ ਜਿਸ ਰਾਹੀਂ ਸਰਕਾਰੀ ਨਾਮਜਾਦਗੀਆਂ 2 ਤੋਂ ਵਧਾ ਕੇ 12 ਕਰ ਦਿੱਤੀਆਂ ਗਈਆਂ 12 ਗੱਲ ਕਰ ਦਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਇਹ ਫੈਸਲਾ ਸਿੱਖੋਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਫੈਸਲੇ ਨੇ ਸਿੱਖਾ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਕਰਾਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੀ ਹੈ ਤੇ ਸਾਡੇ ਗੁਰਦੁਆਰਾ ਸਾਹਿਬ ਕਮੇਟੀਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਕਨਾਥ ਸਿੰਧੇ ਨੂੰ ਇਸ ਤੱਕੇ ਦੇ ਨਾਲ ਲਏ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੀ ਹੈ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਮੈਨੂੰ ਵਿਸ਼ਵਾਸ ਹੈ ਮੁੱਖ ਮੰਤਰੀ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਸਿੱਖ ਕੌਮ ਜਿਹੜੇ ਆਪਣੇ ਗੁਰੂ ਧਾਮਾਂ ਦੀ ਸੰਭਾਲ ਕਰਨ ਅਤੇ ਇੱਥੇ ਪਵਿੱਤਰਤਾ ਕਾਇਮ ਰੱਖਣ ਦੇ ਪੂਰੀ ਤਰ੍ਹਾਂ ਨਾਲ ਸਮਰਥਨ ਦੇ ਵਿੱਚ ਹੈ ਇਸ ਨੂੰ ਅਜਿਹਾ ਕਰਦੇ ਆ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਹਜੂਰ ਸਾਹਿਬ ਮੈਨੇਜਮੈਂਟ ਐਕਟ ਦੇ ਤਹਿਤ ਸਿੱਖ ਗੁਰੂ ਧਾਮਾਂ ਦੀ ਸੰਭਾਲ ਮੁਰੰਮਤ ਤੇ ਕੰਮ ਕਰਦੇ ਰਹਿਣ ਬਾਰੇ ਲੋੜਿੰਦੇ ਨਿਯਮ ਬਣਾਏ ਗਏ ਨੇ ਅਤੇ ਇਸ ਦੇ ਪੁਨਰਗਠਨ ਨਾਲ ਸੰਬੰਧਤਾ ਦੇ ਵਿੱਚ ਸੋਧ ਕਰੇਗਾ ਤੇ ਅਸਿਕੋਕਮ ਦੇ ਵਿੱਚ ਬੇਪਰੋਸੀ ਦੀ ਭਾਵਨਾ ਪੈਦਾ ਹੋਵੇਗੀ ਇਸ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪੁਨਰਗਠਨ ਦੇ ਫੈਸਲੇ ਖਿਲਾਫ ਨਾਂਦੇੜ ਸਾਹਿਬ ਵਿਖੇ ਵਿਸ਼ਾਲ ਸਿੱਖਾਂ ਦੇ ਵੱਲੋਂ ਜਿਹੜਾ ਹੈ ਰੋਸ ਮਾਰਚ ਕੱਢਿਆ ਗਿਆ ਇਸ ਵਿੱਚ ਗਵਾਂਡੀ ਖੇਤਰਾ ਤੋਂ ਇਲਾਵਾ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ ਤੇ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦੀ ਨਖੇਦੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਪੁਰਾਣਾ ਐਕਟ ਦਿਸਰਾਹੀਂ ਸ਼੍ਰੋਮਣੀ ਕਮੇਟੀ ਸੱਚਖੰਡ ਹਜ਼ੂਰ ਖਾਲਸਾ ਦਿਵਾਨ ਕਾਲਸਾ ਚੀਫ ਡਿਫੈਂਡੈਂਟ ਸਿੱਖ ਮੈਂਬਰ ਪਾਰਲੀਮੈਂਟ ਨੂੰ ਟੁਗਮੀ ਪ੍ਰਤੀਨਿਧਤਾ ਦਿੱਤੀ ਗਈ ਸੀ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਤਰੁਕ ਕਰਦੇ ਆਗਲੀ ਮੁਖ ਖਬਰ ਦਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਛਤੀਸਗੜ ਵਿਖੇ ਆਯੋਜਿਤ ਗਤਕਾ ਮੁਕਾਬਲੇ ਦੇ ਵਿੱਚ 골ਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਨਦੀਪ ਕੌਰ ਨੂੰ ਵਧਾਈ ਦਿੱਤੀ ਹੈ ਸੰਧਵਾ ਨੇ ਵਧਾਈ ਦਿੰਦਿਆਂ ਕਿਹਾ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਂٹری ਸਕੂਲ ਕੋਟਪੁਰਾ ਦੇ 11ਵੀਂ ਜਮਾਤ ਦੇ ਵਿਦਿਆਰਥੀ ਮਨਦੀਪ ਕੌਰ ਨੇ ਛਤਿਸਗੜ ਵਿਖੇ ਗੱਤਕਾ ਮੁਕਾਬਲੇ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਹੈ ਜੋ ਕਿ ਇਸ ਕੋਟਕਪੁਰ ਇਲਾਕੇ ਦੇ ਲਈ ਤੇ ਸੂਬੇ ਦੇ ਲਈ ਮਾਣ ਵਾਲੀ ਗੱਲ ਹੈ ਸਪੀਕਰ ਨੇ ਹੁਨਾਰ ਬੱਚੀ ਦੀ ਸ਼ਾਨਦਾਰ ਪ੍ਰਾਪਤੀ ਉੱਤੇ ਮਾਪਿਆਂ ਅਧਿਆਪਕਾਂ ਅਤੇ ਕੋਚ ਸਹਬਾਨਾ ਨੂੰ ਮੁਬਾਰਕਬਾਦ ਦਿੰਦੇ ਆ ਅੱਜ ਜਿਹੜੀ ਹੈ ਆਸ ਜਤਾਈ ਹੈ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਬੱਚੀ ਹੈ ਅੱਗੇ ਵਧਦੀ ਰਹੇਗੀ ਤੇ ਨਾਲ ਹੀ ਹੋਰ ਨੌਜਵਾਨਾਂ ਨੂੰ ਇਹ ਬੱਚੀ ਜਿਹੜੀ ਹੈ ਪ੍ਰੇਡਿਟ ਕਰੇਗੀ ਪਵਿੱਖ ਦੇ ਵਿੱਚ ਵੀ ਹੋਰ ਬੁਲੰਦੀਆਂ ਨੂੰ ਛੂਏਗੀ ਉਨ੍ਹਾਂ ਦੱਸਿਆ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਨਾਲ ਸੰਬੰਧਿਤ ਪ੍ਰਾਪਤੀਆਂ ਕਰਨ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਨਕਦ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਐਸੇ ਸਿਲਸਿਲੇ ਨੂੰ ਅੱਗੇ ਜਾਰੀ ਵੀ ਰੱਖਿਆ ਜਾਵੇਗਾ ਸੰਧਵਾਨ ਨੇ ਅੱਗੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਇਸੇ ਲੜੀ ਦੇ ਵਿੱਚ ਖੇਡ ਵਤਨ ਪੰਜਾਬ ਦੀਆਂ ਕਾਰਵਾਈਆਂ ਗਈਆਂ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਚੰਗੇ ਖਿਡਾਰੀ ਪੈਦਾ ਕਰਨੀ ਚਾਹੁੰਦੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਨਸ਼ਿਆਂ ਉਛਾਟ ਕੇ ਖੇਡਾਂ ਦਾ ਰੁਖ ਕਰ ਸਕਣ ਰੁਕੜਦੀ ਅਗਲੀ ਖਬਰ ਦਾ ਮਨਮੋਹਕ ਕਸ਼ਮੀਰ ਕਾਟੀ ਦੇ ਸਤਾਈ ਹੁਨਰ ਅਤੇ ਉਤਸ਼ਾਹੀ ਵਿਦਿਆਰਥੀਆਂ ਦੇ ਸਮੂਹ ਨੇ ਹਾਲ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਆਯੋਜਿਤ ਭਾਰਤ ਦਰਸ਼ਨ ਸਟਡੀ ਟੂਰ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਚੰਡੀਗੜ੍ਹ ਦਾ ਦੌਰਾ ਕੀਤਾ ਇਸੇ ਦੌਰਾਨ ਉਨ੍ਹਾਂ ਦੇ ਨੌਜਵਾਨਾਂ ਨੂੰ ਜਿਹੜਾ ਹੈ ਵੱਖ-ਵੱਖ ਸੱਭਿਆਚਾਰਾਂ ਦੇ ਨਾਲ ਜਾਣੂ ਕਰਵਾਇਆ ਤੇ ਪਵਿੰਨ ਸੱਭਿਆਚਾਰਾਂ ਦੀ ਪ੍ਰਚੋਲ ਕਰਨ ਉੱਗੇ ਆਗੂਆਂ ਦੇ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਵਿਆਪਕ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕੀਤਾ ਹੈ ਇਸ ਜਾਣਕਾਰੀ ਭਰਪੂਰ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਿੰਦਵਾਰੀ لال ਪਰਾੋਹਿਤ ਦੇ ਨਾਲ ਇੰਟਰਐਕਟਿਵ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਹ ਸੈਸ਼ਨ ਬਹੁਤ ਪ੍ਰੇਰਣਾਦਾਇਕ ਸਾਬਤ ਹੋਇਆ ਕਿਉਂਕਿ ਰਾਜਪਾਲ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਲਪਨਾ ਕੀਤੇ ਗਏ ਵਿਕਸਿਤ ਭਾਰਤ 2047 47 ਦੇ ਵਿਜ਼ਨ ਨੂੰ ਸਕਾਰ ਕਰਨ ਦੇ ਲਈ ਨੌਜਵਾਨਾਂ ਦੀਆਂ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਬਾਰੇ ਬੜਮੁੱਲੀ ਜਾਣਕਾਰੀ ਸਾਂਝਾ ਕੀਤੀ ਹੈ ਸਾਰੇ ਉਪਰਾਲਿਆ ਦੇ ਵਿੱਚ ਇਮਾਨਦਾਰੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਆ ਰਾਜਪਾਲ ਬਨਵਾਰੀ ਦਲ ਪ੍ਰੋਹਿਤ ਦੇ ਵੱਲੋਂ ਨਿਜੀ ਅਤੇ ਕੋਮੀ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿੱਚ ਇਮਾਨਦਾਰੀ ਅਤੇ ਸਮਾਂ ਪ੍ਰਬੰਧਨ ਦੀ ਅਹਿਮ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਦੇ ਸ਼ਬਦ ਵਿਦਿਆਰਥੀਆਂ ਦੇ ਮਨ 모ਹ ਲੈ ਗਏ ਤੇ ਉਨ੍ਹਾਂ ਦੇ ਵਿੱਚ ਉਦੇਸ਼ ਦੀ ਭਾਵਨਾ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਸਮਰਥਨ ਯੋਗਦਾਨ ਪਾਉਣ ਦੇ ਲਈ ਦਿੜ੍ਹ ਸੰਕਲਪ ਪੈਦਾ ਕੀਤਾ ਜਾਵੇਗਾ। ਬਨਵਾਰੀ لال ਪਰਾਹੁਿਤ ਨੇ ਕਿਹਾ ਕਿ ਨੌਜਵਾਨ ਕੱਲ ਦੇ ਭਾਰਤ ਦੇ ਨਿਰਮਾਣ ਨਿਰਮਾਣ ਪ੍ਰਤੀ ਸਮਰਪਣ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਉਣਾ ਲਾਜ਼ਮੀ ਹੈ। ਮੈਂ ਪਰੋਸਾ ਕਰਦਾ ਹਾਂ ਕਿ ਕਸ਼ਮੀਰ ਕਾਟੀ ਦੇ ਵਿੱਚ ਹੁਨਾਰ ਵਿਦਿਆਰਥੀ ਪੜ੍ਹ ਲਿਕੇ ਵੱਡੇ ਅਹੁਦੇ ਅਤੇ ਜਾਣ ਤੇ ਭਾਰਤ ਦੇ ਪਵਿੱਖ ਨੂੰ ਹੋਰ ਵਧਿਆ ਕਰਨ ਗੌਰਤਾਲਬ ਹੈ ਭਾਰਤ ਦਰਸ਼ਨ ਸਟਡੀ ਟੂਰ ਪ੍ਰੋਗਰਾਮ ਵਪਿੰ ਪਿਛੋਕੜ ਵਾਲੇ ਵਿਦਿਆਰਥੀਆਂ ਦੇ ਲਈ ਭਾਰਤ ਸੰਸਕ੍ਰਿਤੀ ਵਿਰਾਸਤ ਅਤੇ ਸ਼ਾਸਨ ਦੇ ਵੱਖ-ਵੱਖ ਪਹਿਲੂਆਂ ਦੇ ਨਾਲ ਜੋੜਨ ਦੇ ਲਈ ਇੱਕ ਵਧੀਆ ਪਲੇਟਫਾਰਮ ਵਜੋਂ ਕੰਮ ਕਰ ਰਿਹਾ ਜਿੱਥੇ ਕਿ ਹੁਨਾਰ ਬੱਚਿਆਂ ਨੂੰ ਜਿਹੜਾ ਹੈ ਉਹ ਜਾਣ ਦਾ ਮੌਕਾ ਮਿਲਦਾ ਹੈ ਤੇ ਬੱਚੇ ਜਣੇ ਨੇ ਉਹ ਟੂਰ ਜਿਹੜਾ ਕਰਦੇ ਨੇ ਰੁਕ ਕਰਦੇ ਅਗਲੀ ਖਬਰ ਦਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਆਪਣੇ ਵਿਰੋਧੀ ਵਿਕਰਮਜੀਤ ਸਿੰਘ ਮਜੀਠੀਆ ਦੀ ਤਾਰੀਫ ਕੀਤੀ ਹੈ ਉੱਥੇ ਹੀ ਉਹਨਾਂ ਨੇ ਹਾਲ ਹੀ ਦੇ ਵਿੱਚ ਮਜੀਠੀਆ ਨੂੰ ਪਾਈ ਜਫੀ ਦਾ ਵੀ ਸਪਸ਼ਟਿਕਰਨ ਕੀਤਾ ਹੈ ਇੱਕ ਚੈਨਲ ਨੂੰ ਇੰਟਰਵਿਊ ਦੇ ਵੇਚਸ ਸਿੱਧੂ ਨੇ ਕਿਹਾ ਵਿਕ੍ਰਮਜੀਤ ਸਿੰਘ ਮਜੀਠੀਆ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਨਾਤੇ ਕੋਈ ਬਦਲੇ ਦੀ ਭਾਵਨਾ ਹੈ ਤੇ ਨਾ ਹੀ ਕੋਈ ਰੰਜ ਹੈ ਜਫੀ ਦੇ ਉੱਤੇ ਬੋਲਦੇ ਆ ਸਿੱਧੂ ਨੇ ਕਿਹਾ ਮੈਂ ਜੋ ਵੀ ਕੀਤਾ ਹੈ ਸ਼ਰਿਆਮ ਕੀਤਾ ਕਿਸੇ ਫਾਰਮ ਹਾਊਸ ਦੇ ਉੱਤੇ ਜਾ ਕੇ ਨਹੀਂ ਕੀਤਾ ਤੇ ਨਾ ਹੀ ਰਾਤਾਂ ਦੇ ਹਨੇਰੇ ਦੇ ਵਿੱਚ ਕੀਤਾ ਹੈ ਜੇ ਕੋਈ ਗਲਤ ਕਰਾਂਗਾ ਤਾਂ ਮੈਂ ਠੁਕੂੰਗਾ ਤਾ ਵਿਕਰਮਜੀਤਿਆ ਦੀ ਤਾਰੀਫ ਕਰਦੇ ਹੋ ਉਹਨਾਂ ਨੇ ਕਿਹਾ ਕਿ ਵਿਕਰਮ ਇੱਕ ਚੰਗੇ ਵਿਰੋਧੀ ਦਾ ਰੋਲ ਨਿਭਾ ਰਹੇ ਨੇ ਜਿਸ ਵਿੱਚ ਕੀ ਗਲਤ ਹੈ ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਸੀ ਉਸ ਸਮੇਂ ਵਿਕਰਮ ਆਇਆ ਸੀ ਮੇਰੀ ਪਤਨੀ ਬਿਮਾਰ ਹੋਈ ਤਾਂ ਵਿਕਰਮ ਨੇ ਦਵਾਵਾਂ ਦਿੱਤੀਆਂ ਨੇ ਮੇਰੀ ਜਦੋਂ ਵਿਕਰਮ ਦੇ ਨਾਲ ਲੜਾਈ ਹੋਈ ਤਾਂ ਵੀ ਠੋਕ ਕੇ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ ਇਕੱਠੇ ਰਹੇ ਪਰ ਕਦੇ ਮੁਲਾਕਾਤ ਨਹੀਂ ਕੀਤੀ ਜੇਲ੍ਹ ਦੇ ਵਿੱਚ ਇੱਕ ਵਿਅਕਤੀ ਮੈਨੂੰ ਚੰਡੀ ਦੀ ਵਾਰ ਸੁਣਾਉਂਦਾ ਸੀ ਜਿਸ ਨੂੰ ਸੁਣ ਕੇ ਮੇਰੇ ਲੋ ਕੰਡੇ ਖੜੇ ਹੋ ਜਾਂਦੇ ਆ ਅੰਦਰੋਂ ਬਹੁਤ ਕੁਝ ਦਿਕਦਾ ਸੀ ਉਸ ਨੇ ਕਿਹਾ ਕਿ ਜੋ ਨਜ਼ਰ ਆਉਂਦਾ ਹੈ ਇਹ ਹੋਰ ਵਧੇਗਾ ਜੇ ਕਿਸੇ ਦੇ ਲਈ ਕੋਈ ਰੰਜ ਹੈ ਤਾਂ ਕੱਢ ਦਿਓ ਇਸ ਉੱਤੇ ਮੈਂ ਵਿਕਰਮ ਨੂੰ ਕਿਹਾ ਕਿ ਮੈਂ ਤੇਰੇ ਨਾਲ ਕੋਈ ਰੰਜ ਨਹੀਂ ਰੱਖੀ ਐ ਜੇਕਰ ਪੰਜਾਬ ਬਾਰੇ ਮੈਨੂੰ ਲੱਗਦਾ ਹੈ ਕੋਈ ਗਲਤ ਕਦਮ ਚੁੱਕਿਆ ਹੈ ਤਾਂ ਮੈਂ ਫਿਰ ਵਿਰੋਧ ਜ਼ਰੂਰ ਕਰਾਂਗਾ। ਤੈਸਨ ਅੱਜ ਦੀਆਂ ਮੁਖ ਖਬਰਾਂ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਤੁਸੀਂ ਇਸੇ ਤਰੀਕੇ ਦੇ ਨਾਲ ਜੁੜੇ ਰਹੋ ABC ਪੰਜਾਬ ਦੇ ਨਾਲ।